ਵਾਹਿਗੁਰੂ ਵਾਹਿਗੁਰੂ ਖਿੰਨ ਖਿੰਨ ਭੋਲਣਹਾਰ ਸਾਹਿਬ ਕਹਿੰਦੇ ਨੇ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਕਾਲੇ ਲੇਖ ਕੀਤੇ ਹੋਏ ਆ ਅਸੀਂ ਲੇਖ ਕਾਲੇ ਕਰਕੇ ਬੈਠੇ ਹਾਂ ਤੇ ਕਾਲਿਆਂ ਦੀ ਕੋਈ ਕੀਮਤ ਨਹੀਂ ਪਈ ਕਾਲੇ ਲੇਖ ਡੁਬੋ ਕੇ ਰੱਖ ਦਿੰਦੇ ਨੇ ਡੁਬੋ ਦਿੰਦੇ ਨੇ ਹੁਣ ਕਰਾਂ ਕੀ ਹੁਣ ਕਰਾਂ ਕੀ ਸਾਹਿਬ ਕਹਿੰਦੇ ਨੇ ਹੁਣ ਜੋਦੜੀ ਕਰ ਹੁਣ ਸੰਗਤ ਚ ਬਹਿ ਤੇ ਬੇਨਤੀਆਂ ਲਾ ਕਿਧਰੇ ਸੰਗਤ ਵਿੱਚ ਬਖਸ਼ੀਆਂ ਰੂਹਾਂ ਦਾ ਸਦਕਾ ਤੇਰਾ ਵੀ ਭਲਾ ਹੋ ਸੱਚ ਸਾਹਿਬ ਕਹਿੰਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਸੰਗਤ ਵਿੱਚ ਬਹਿ ਕੇ ਬੇਨਤੀਆਂ ਲਾ ਜੋਦੜੀਆਂ ਕਰ ਖਬਰੇ ਪਤਾ ਨਹੀਂ ਕਿਹਦੀ ਕਮਾਈ ਬੋਲਦੀ ਹੋਵੇ ਕਿਹਦੀ ਕਮਾਈ ਦਾ ਸਦਕਾ ਕਿਹਦੀ ਕਮਾਈ ਦੇ ਪ੍ਰਤਾਪ ਦਾ ਸਦਕਾ ਉਹ ਜਿੰਨੇ ਬੈਠੇ ਸਾਰਿਆਂ ਦਾ ਬੇੜਾ ਬੰਨੇ ਲੱਗ ਜਾਏ ਪਰ ਆਪਣੇ ਲੇਖੇ ਤੋਂ ਆਪਾਂ ਜਾਣੂ ਜ਼ਰੂਰ ਹੋਈਏ ਜੀ ਜਾਣੂ ਜ਼ਰੂਰ ਅਣਜਾਣੇ 'ਚ ਗਲਤੀ ਹੋ ਗਈ ਪਰ ਜਦੋਂ ਪਤਾ ਹੈ ਕਿ ਹੁਣ ਇਹ ਗਲਤੀ ਸਾਧ ਸੰਗਤ ਇੰਨੇ ਕਾਲੇ ਲੇਖ ਬਣਾਉਣੇ ਨੇ ਔਰ ਫਿਰ ਉਹ ਗਲਤੀ ਕਰੀਏ ਤੇ ਕਹਿੰਦੇ ਗੁਨਾਹ ਹੈ ਆਖੋ ਸਤਨਾਮ ਗੁਨਾਹ ਫਿਰ ਉਹ ਨਹੀਂ ਬਖਸ਼ਿਆ ਜਾਂਦਾ ਲੇਖ ਹੈ ਕਤੇ ਨਾ ਛੁੱਟੀ ਹੈ ਜੇ ਕਿਤੇ ਲੇਖਾ ਜੋਖਾ ਹੋ ਗਿਆ ਜੇ ਕਿਤੇ ਰੱਬ ਨੇ ਹਿਸਾਬ ਕਿਤਾਬ ਕਰ ਲਿਆ ਕਹਿੰਦੇ ਫਿਰ ਨਹੀਂ ਛੁੱਟਦੇ ਫਿਰ ਪੀਸੇ ਜਾਵਾਂਗੇ ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਆ ਛਡਾਏ ਫਿਰ ਕਹਾਣੀ ਪੀਣੀ ਪੈਣੀ ਹੈ ਫਿਰ ਪੀਸੇ ਜਾਵਾਂਗੇ ਜੇ ਕਿਧਰੇ ਕਰਮਾਂ ਦਾ ਲੇਖਾ ਜੋਖਾ ਹੋ ਗਿਆ ਕਰਮ ਹੈ ਹੀ ਨਹੀਂ ਕਰੀਏ ਕੀ ਸਾਹਿਬ ਕਹਿੰਦੇ ਨੇ ਹੁਣ ਕੀ ਕਰ ਹੁਣ ਕਰ ਅਰਦਾਸ ਹੁਣ ਕਰ ਅਰਦਾਸ ਬਖਸ਼ਣਹਾਰ ਬਖਸ਼ ਔਰ ਮੈਨੂੰ ਬਖਸ਼ ਕੇ ਆਪਣੇ ਬਖਸ਼ਿਆਂ ਦੀ ਸੰਗਤ ਵਿੱਚ ਬਿਠਾ ਲੈ ਜੇ ਮੰਨ ਲਓ ਬਖਸ਼ੇ ਗਏ
ਫਿਰ ਸਾਡੀਆਂ ਕਰਤੂਤਾਂ ਤਾਂ ਐਸੀਆਂ ਨੇ, ਫਿਰ ਗੁਨਾਹ ਕਰਾਂਗੇ। ਆਖੋ ਸਤਨਾਮ। ਆਦਤਾਂ ਪਈਆਂ ਨੇ, ਔਰ ਇਸ ਜਨਮ ਦੀਆਂ ਆਦਤਾਂ ਨਹੀਂ, ਕਈ ਜਨਮ ਤੋਂ ਤੁਰੀਆਂ ਆਦਤਾਂ ਆ ਰਹੀਆਂ ਨੇ। ਕਦੇ ਗੌਰ ਕਰਨਾ, ਜਦੋਂ ਬੱਚਾ ਜੰਮਦਾ ਥੋੜ੍ਹਾ ਜਿਹਾ ਹਾਲੇ ਵੱਡਾ ਹੁੰਦਾ, ਉਹਦੀਆਂ ਆਦਤਾਂ ਪਤਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਕਿੰਨੇ ਸਿਖਾਈਆਂ ਉਹ ਪਿੱਛੋਂ ਤੁਰੀਆਂ ਆਈਆਂ ਨੇ, ਉਹ ਪਿੱਛੋਂ ਤੁਰੀਆਂ ਆਈਆਂ। ਮਾਂ ਵੇਖ ਵੇਖ ਹੈਰਾਨ ਹੁੰਦੀ ਹੈ, ਬੱਚੇ ਵੱਲ ਵੇਖ ਵੇਖ ਹੈਰਾਨ ਹੁੰਦੀ, ਇਹ ਕਿੱਦਾਂ, ਇਹ ਕਿੰਨੇ ਸਿਖਾਇਆ, ਉਹ ਪਿੱਛੋਂ ਸਿੱਖਿਆ ਆਇਆ ਹੈ। ਆਖੋ ਸਤਨਾਮ। ਭਾਵੇਂ ਚੰਗੀ ਆਦਤ ਤੇ ਭਾਵੇਂ ਫੈੜੀ ਆਦਤ, ਤੁਰਿਆ ਆ ਰਿਹਾ ਪਿੱਛੋਂ। ਬਖਸ਼ੇ ਗਏ, ਫਿਰ ਜਦੋਂ ਆਪਣੀ ਚਾਲ ਚੱਲਾਂਗੇ ਫਿਰ ਫਸ ਜਾਵਾਂਗੇ। ਆਪਣੇ ਭਾਣੇ ਜੋ ਚੱਲੇ ਬਾਈ ਵਿਛੜ, ਚੋਟਾਂ ਫਿਰ ਚੋਟਾਂ ਫਿਰ ਚੋਟਾਂ। ਹੁਣ ਅਰਦਾਸ ਕਰੀਏ, ਮਹਾਰਾਜ ਜੇ ਬਖਸ਼ ਦਿਓਗੇ ਫਿਰ ਉਸ ਤੋਂ ਬਾਅਦ ਬਖਸ਼ਿਆਂ ਦਾ ਮੇਲ ਬਖਸ਼ ਦੇਣਾ, ਕਿਉਂਕਿ ਜਦੋਂ ਬਖਸ਼ਿਆਂ ਦਾ ਮੇਲ ਮਿਲਿਆ ਰਹੇਗਾ, ਬਖਸ਼ਿਆਂ ਦਾ ਮੇਲ ਬਣਿਆ ਰਹੇਗਾ, ਬਖਸ਼ਿਆਂ ਦੇ ਵਿੱਚ ਬੈਠਾ ਰਵਾਂਗਾ ਫਿਰ ਸੁਚੇਤ ਰਵਾਂਗਾ। ਆਖੋ ਸਤਨਾਮ। ਫਿਰ ਬੰਦਾ ਸੁਚੇਤ ਰਹਿੰਦਾ ਹੈ। ਸਤਪੁਰਸ਼ ਦੀ ਸੰਗਤ ਹਰ ਵੇਲੇ ਸੁਚੇਤ ਰੱਖਦੀ ਹੈ, ਸੁਚੇਤ ਰੱਖਦੀ ਹੈ, ਆਪਣੇ ਗੁਨਾਹ ਤੋਂ ਸੁਚੇਤ ਰੱਖਦੀ ਹੈ। ਮਹਾਂਪੁਰਖ ਦੀ ਸੰਗਤ, ਸੱਚ ਕਹਿੰਦੇ ਆ, ਨਾਮ ਦੇ ਵਿੱਚ ਮਿਠਾਸ ਭਰ ਦਿੰਦੀ ਹੈ। ਆਖੋ ਸਤਨਾਮ। ਇਹ ਸਾਹਿਬ ਵੀ ਕਹਿ ਰਹੇ ਨੇ, ਇਹ ਸਾਹਿਬ ਨੇ ਵੀ ਕਹਿ ਦਿੱਤਾ, ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠ। ਬੇਸ਼ੱਕ ਮੈਂ ਨਾਮ ਜਪਦਾ ਸੀ, ਪਰ ਜਦੋਂ ਗੁਰਮੁਖ ਦੀ ਸੰਗਤ 'ਚ ਬਹਿ ਕੇ ਜਪਿਆ, ਜਦੋਂ ਗੁਰਮੁਖ ਦੀ ਸੰਗਤ ਵਿੱਚ ਬੈਠਿਆ, ਉਹ ਨਾਮ ਮਿੱਠਾ ਲੱਗ ਰਿਹਾ, ਉਹ ਨਾਮ ਚੰਗਾ ਲੱਗ ਰਿਹਾ, ਉਹ ਨਾਮ ਜਪਣ ਦਾ, ਬਾਰ ਬਾਰ ਜਪਣ ਦਾ ਜੀ ਕਰਦਾ ਹੈ। ਕਿਉਂ? ਗੁਰਮੁਖ ਦੀ ਕਮਾਈ ਜੋ ਬੋਲਦੀ ਹੈ ਨਾਲ, ਗੁਰਮੁਖ ਦੀ ਕਮਾਈ ਜੋ ਬੋਲਦੀ ਹੈ ਨਾਲ। ਇਕੱਲੇ ਬਹਿਣਾ 10 ਮਿੰਟ ਦੇ ਵਿੱਚ ਹੀ ਪਰੇਸ਼ਾਨ ਹੋ ਜਾਂਦਾ, ਬਈ ਉੱਠੋ, ਫਲਾਣਾ ਕੰਮ ਯਾਦ ਆ ਗਿਆ, ਫਲਾਣਾ ਕੰਮ, ਪਰ ਜਦੋਂ ਗੁਰਮੁਖ ਦੀ ਸੰਗਤ 'ਚ ਬਹਿ ਕੇ ਜਪਿਆ, ਸਮੇਂ ਦਾ ਪਤਾ ਹੀ ਨਹੀਂ ਲੱਗਾ, ਉਹ ਸਮਾਂ ਗਿਆ ਕਿੱਥੇ। ਬਖਸ਼ਿਆਂ ਦੀ ਸੰਗਤ 'ਚ ਬਹਿ ਕੇ ਬਖਸ਼ਾ ਲਿਆ, ਬਖਸ਼ਾ ਲਿਓ। ਰੰਗਿਆਂ ਦੀ ਸੰਗਤ 'ਚ ਬਹਿ ਕੇ ਮਨ ਰੰਗਾ ਲਓ। ਆਖੋ ਸਾਧਨਾ। ਸੰਗਤ ਦੇ ਵਿੱਚ ਪਤਾ ਨਹੀਂ ਕਿਹੜੀਆਂ ਦੇਵ ਰੂਹਾਂ ਆਈਆਂ ਹੁੰਦੀਆਂ ਨੇ, ਕਿਹੜੀਆਂ ਦੇਵ ਰੂਹਾਂ ਬੈਠੀਆਂ ਹੁੰਦੀਆਂ ਨੇ, ਸਾਨੂੰ ਕੁਝ ਨਹੀਂ ਪਤਾ। ਕਿਹੜੀਆਂ ਰੰਗ ਰਤੜੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ, ਉਹਨਾਂ ਦੇ ਭਜਨ ਸਦਕਾ ਕੀਤੇ ਹੋਏ ਭਜਨ ਨੂੰ ਫਲ ਲੱਗ ਜਾਂਦਾ, ਉਹਨਾਂ ਦੇ ਭਜਨ ਸਦਕਾ ਕੀਤੇ ਹੋਏ ਭਜਨ ਨੂੰ ਸਾਧ ਸੰਗਤ ਜੀ ਰੰਗ ਲੱਗ ਜਾਂਦਾ, ਭਾਗ ਲੱਗ ਜਾਂਦੇ ਨੇ।
ਇੱਕ ਵਾਰੀ ਵਾਹਿਗੁਰੂ ਕਿਹਾ, ਚਾਰ ਵਾਰੀ ਵਾਹਿਗੁਰੂ ਕਹਿਣ ਦਾ ਮਨ ਕਰਦਾ ਹੈ। ਆਖੋ ਸਤਨਾਮ, ਇਹ ਸੱਚ ਹੈ। ਮਨ ਕਰਦਾ ਹੈ ਹੋਰ ਜਪਾਂ, ਮਨ ਕਰਦਾ ਹੈ ਹੋਰ ਜਪਾਂ, ਮਨ ਕਰਦਾ ਹੈ ਹੋਰ ਜਪਾਂ, ਸਮਝ ਲਿਓ ਬਖਸ਼ਿਸ਼ ਵਰਤ ਰਹੀ ਹੈ। ਆਖੋ ਸਤਨਾਮ, ਬਖਸ਼ਿਸ਼ ਵਰਤ ਰਹੀ ਹੈ ਜੀ। ਗੁਰੂ ਮੇਰ ਕਰਨ, ਰਹਿਮਤ ਕਰਨ, ਆ ਬਖਸ਼ਿਸ਼ ਨਿੱਤ ਸਾਡੇ ਤੇ ਬਣੀ ਰਹੇ ਨਿੱਤ। ਔਰ ਮੈਨੂੰ ਇਹ ਕਹਿੰਦੇ ਆ, ਕੋਈ ਸੰਕੋਚ ਨਹੀਂ ਸੱਸ, ਔਰ ਕੋਈ ਗੁਰੇਜ ਨਹੀਂ। ਮੇਰੇ ਗੁਰੂ ਨਾਨਕ ਦੇ ਦੋਨੋਂ ਹੱਥ ਸੰਗਤ ਜੀ ਆਪ ਜੀਆਂ ਦੇ ਸੀਸ ਤੇ ਨੇ। ਆਖੋ ਸਤਨਾਮ, ਸੱਚ ਜੀ ਜਿਹੜਾ ਨਿੱਤ ਪਿਆ ਅੰਮ੍ਰਿਤ ਵੇਲਾ ਸੰਭਾਲਦਾ ਹੈ, ਜਿਹੜਾ ਨਿੱਤ ਅੰਮ੍ਰਿਤ ਵੇਲੇ ਬੰਦਗੀ ਪਿਆ ਕਰਦਾ ਹੈ, ਗੁਰੂ ਨਾਨਕ ਦੀ ਮਿਹਰ ਥੱਲੇ, ਗੁਰੂ ਨਾਨਕ ਦੀ ਬਖਸ਼ਿਸ਼ ਥੱਲੇ। ਸੰਗਰਾਂਦ ਆ ਗਈ ਤੇ ਤੁਰ ਗਏ ਗੁਰਦੁਆਰੇ, ਮਸਿਆ ਆ ਗਈ ਤੇ ਤੁਰ ਗਏ ਗੁਰਦੁਆਰੇ, ਬਾਕੀ ਮਹੀਨਾ ਸੁੱਤੇ ਰਹੇ ਜੀ। ਆਖੋ ਸਾਧਨਾ, ਇੱਕ ਆਦੇ ਸਿੱਖ ਹੋਏ, ਇੱਕ ਮਹਾਂਪੁਰਖ ਕਿਆ ਕਰਦੇ ਸਨ, ਇਹ ਸੰਗਰਾਂਦੀ ਸਿੱਖ ਹੈ। ਆਖੋ ਸਾਧਨਾ, ਇਹ ਸੰਗਰਾਂਦ ਵੇਲੇ ਦਰਸ਼ਨ ਦਿਆ ਕਰਦਾ ਨਾ ਬਈ ਨਾ, ਨਿੱਤ ਦੇ ਸਿੱਖ ਬਣਨਾ। ਤੁਹਾਡੇ ਵਿੱਚੋਂ ਹੋ ਸਕਦਾ ਹੈ ਅੱਜ ਕੁਝ ਐਸੇ ਸਰੀਰ ਵੀ ਆਏ ਹੋਣ, ਚਲੋ ਸੰਗਰਾਂਦ ਹੈ ਚਲੀਏ ਜੀ, ਅੱਜ ਪਵਿੱਤਰ ਦਿਹਾੜਾ ਚਲੀਏ, ਤੇ ਕੱਲ ਕਿਹੜਾ ਦਿਹਾੜਾ ਪਵਿੱਤਰ ਨਹੀਂ ਸੀ? ਕੱਲ ਜਿਹੜਾ ਆਉਣਾ ਹੈ ਉਹ ਦਿਹਾੜਾ ਪਵਿੱਤਰ ਨਹੀਂ ਹੈ? ਅੱਜ ਸੰਗਰਾਂਦ ਸਮਝ ਕੇ ਆ ਗਏ, ਕੱਲ ਵੀ ਸੰਗਰਾਂਦ ਸਮਝ ਕੇ ਆ ਜਾਇਓ। ਆਖੋ ਸਤਨਾਮ, ਜਿਹੜਾ ਸਮਾਂ ਜਿਹੜਾ ਲੰਮਾ ਵਾਹਿਗੁਰੂ ਦੀ ਯਾਦ 'ਚ ਲੰਘੇ, ਉਸ ਲੰਮੇ ਤੋਂ ਉਸ ਸਮੇਂ ਤੋਂ ਉੱਪਰ ਕੋਈ ਸਮਾਂ ਨਹੀਂ ਜੇ। ਆਖੋ ਸਤਨਾਮ, ਕੀ ਕਹੇਗੀ ਸੰਗਰਾਂਦ ਜੇ ਸੁੱਤਾ ਰਿਹਾ? ਜੇ ਮੰਨ ਲਓ ਸੰਗਰਾਂਦ 'ਚ ਆ ਕੇ ਤੁਸੀਂ ਸਾਧ ਸੰਗਤ ਨਾਮ ਜਪਿਆ ਔਰ ਕੱਲ੍ਹ ਸੁੱਤੇ ਰਹੇ, ਤੇ ਸੰਗਰਾਂਦ ਨੇ ਵੀ ਕੀ ਸਾਧ ਸੰਗਤ ਭਲਾ ਕਰ ਜਾਣਾ ਤੁਹਾਡਾ? ਆਖੋ ਸਤਨਾਮ, ਮੈਨੂੰ ਬਖਸ਼ ਲੈਣਾ, ਮੈਂ ਸਿੱਧੀਆਂ ਸਿੱਧੀਆਂ ਜੀਆਂ ਗੱਲਾਂ ਕਰ। ਕੱਲ੍ਹ ਸੁੱਤੇ ਰਹਿ ਗਏ, ਪਰਸੋਂ ਸੁੱਤੇ ਰਹਿ ਗਏ, ਆਉਣ ਵਾਲਾ ਕੱਲ੍ਹ ਸੁੱਤੇ ਰਹਿ ਗਏ, ਤੇ ਕਿਹੜਾ ਭਲਾ ਹੋ ਜਾਏਗਾ ਸਾਡਾ? ਸੁੱਤਾ ਪੂੰਜੀ ਲੁਟਾ ਬੈਠਦਾ ਹੈ, ਸੁੱਤਾ ਪੂੰਜੀ ਗਵਾ ਬੈਠਦਾ ਹੈ। ਉਹ ਸੁੱਤੇ ਦੇ ਘਰ ਚੋਰੀਆਂ ਤੇ ਡਾਕੇ ਹੁੰਦੇ ਨੇ, ਕੰਗਾਲ ਹੋ ਜਾਂਦਾ ਹੈ ਸੁੱਤਾ। ਨਿੱਤ ਰਸ ਮਾਣੋ, ਨਿੱਤ ਆਨੰਦ ਮਾਣੋ, ਨਿੱਤ ਗੁਰੂ ਦੀ ਗੋਦੀ 'ਚ ਬਹਿ ਕੇ ਗੁਰੂ ਗੁਰੂ ਕਰੋ, ਉਹ ਨਿੱਤ ਹੀ ਤੁਹਾਡੀ ਸੰਗਰਾਂਦ ਹੋਏਗੀ ਜੇ। ਆਖੋ ਸਤਨਾਮ, ਨਿੱਤ ਗੁਰੂ ਨਾਨਕ ਮਿਹਰ ਕਰ ਦੇਣ। ਇਹ ਅੰਦਰੋਂ ਅਰਦਾਸ ਕਰੀਏ ਗਰੀਬ ਨਿਵਾਜ ਸੱਚੇ ਪਾਤਸ਼ਾਹ, ਹੁਣ ਐਸੀ ਚਟਕ ਲਗਾ ਦਿਓ, ਐਸੀ ਚਟਕ ਲਗਾ ਦਿਓ, ਮਰਦਾ ਮਰ ਜਾਵਾਂ, ਹੁਣ ਅੰਮ੍ਰਿਤ ਵੇਲਾ ਨਾ ਛੱਡਾਂ, ਬੰਦਗੀ ਨਾ ਛੱਡਾਂ, ਤੇਰਾ ਨਾਮ ਨਾ ਛੱਡਾਂ। ਭਾਈ ਪਰਾਪਤ ਮਾਨੁਖ ਤੇ ਹੁਰੀਆ, ਗੋਬਿੰਦ ਮਿਲਨ ਕੀ ਸਾਹਿਬ ਕਹਿੰਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ, ਮਿਲ ਸਾਧ ਸੰਗਤ। ਔਰ ਜੇ ਕਿਤੇ ਅੰਮ੍ਰਿਤ ਵੇਲੇ ਦੀ ਸੰਗਤ 'ਚ ਆ ਕੇ ਮਿਲ ਜਾਵੇ, ਫਿਰ ਤਾਂ ਕਹਿਣਾ ਹੀ ਕਿਆ ਨੇ। ਆਖੋ ਸਤਨਾਮ, ਫਿਰ ਤਾਂ ਕਹਿਣਾ ਹੀ ਕਿਆ ਨੇ।
ਕਈ ਵਾਰੀ ਦਾਸ ਤੁਹਾਡੇ ਚਰਨਾਂ 'ਚ ਬੇਨਤੀ ਰੱਖਦਾ, ਦਿਨ ਵੇਲੇ ਸੰਗਤ ਕਰਨੀ ਸੌਖੀ, ਸ਼ਾਮ ਵੇਲੇ ਸੰਗਤ ਕਰਨੀ ਸੌਖੀ, ਰਾਤ ਵੇਲੇ ਜਿਹੜੇ ਕੀਰਤਨ ਦਰਬਾਰ ਸੰਗਤ ਕਰਨੀ ਸੌਖੀ। ਆਹ ਵੇਲਾ ਜਿਹੜਾ ਇਹ ਵੇਲਾ ਸੂਰਮਿਆਂ ਦਾ ਵੇਲਾ ਹੈ, ਇਹ ਵੇਲਾ ਬਲੀ ਰੂਹਾਂ ਦਾ ਵੇਲਾ ਹੈ, ਜਿਹੜੀਆਂ ਰੂਹਾਂ ਬਲੀ ਹੁੰਦੀਆਂ ਨੇ। ਅੰਮ੍ਰਿਤ ਵੇਲੇ ਜਾਗਣਾ ਕੋਈ ਸੁਖਾਲੀ ਬਾਤ ਹੈ? ਤਰਸ ਹੋ ਜਾਏ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਸਾਧ ਸੰਗਤ ਤਰਸ ਹੋ ਜਾਏ ਗੁਰੂ ਨਾਨਕ ਸਾਹਿਬ ਦਾ, ਤਾਂ ਕੋਈ ਸੰਗਤ 'ਚ ਆ ਕੇ ਗੁਰੂ ਨਾਨਕ ਦੀ ਗੋਦੀ ਮਾਣਦਾ। ਇਹ ਸੱਚ ਹੈ, ਕੋਈ ਛੋਟੀ ਬਾਤ ਨਹੀਂ। ਦਿਨ ਵੇਲੇ ਕੋਈ ਬੱਧਾ ਚੱਟੀ ਕਰਕੇ ਜਾਏਗਾ, ਧਿਆਨ ਨਾਲ ਸੁਣਨਾ ਜੀ, ਤੁਹਾਨੂੰ ਦਿਨ ਵੇਲੇ ਕਿਸੇ ਨੇ ਬੁਲਾਇਆ, ਹੁਣ ਕਿਸੇ ਦੇ ਘਰ ਸਤਸੰਗ ਹੈ, ਕਿਸੇ ਦੇ ਘਰ ਦੀ ਇਨੋਗ੍ਰੇਸ਼ਨ ਹੈ, ਕਿਸੇ ਦੇ ਭੋਗ ਦਾ ਸਮਾਗਮ ਹੈ, ਕੋਈ ਸਮਾਗਮ ਹੈ, ਤੁਹਾਨੂੰ ਸੱਦਾ ਆ ਗਿਆ ਬਈ ਆਇਓ, ਘਰ ਦੀ ਚੱਟ ਹੈ ਬਈ ਆਇਓ, ਨਹੀਂ ਵੀ ਮਨ ਹੋਏਗਾ ਬਈ ਜਾਣਾ ਪੈਣਾ, ਨਾਰਾਜ਼ ਨਾ ਹੋ ਜਾਏ, ਉੱਥੇ ਧੱਕਾ ਚੱਲਦਾ, ਧਿਆਨ ਨਾਲ ਸਮਝਿਓ। ਰਾਤ ਨੂੰ ਬੁਲਾਇਆ ਜੀ, ਸ਼ਾਮ ਦਾ ਸਮਾਗਮ ਹੈ, ਜ਼ਰੂਰ ਆਇਓ, ਜਾਣਾ ਪੈਣਾ, ਨਹੀਂ ਤਾਂ ਨਾਰਾਜ਼ ਹੋ ਜਾਏਗਾ, ਧੱਕੇ ਨਾਲ ਗਿਆ। ਇੱਥੇ ਜਿਹੜਾ ਤੁਸੀਂ ਬੈਠੇ ਹੋ, ਇਹ ਕਿਸੇ ਧੱਕੇ 'ਚ ਨਹੀਂ ਬੈਠੇ, ਆਖੋ ਸਤਨਾਮ, ਇਹ ਪ੍ਰੇਮ 'ਚ ਬੈਠੇ ਹੋ। ਇਹ ਸਤਸੰਗ ਪ੍ਰੇਮ ਵਾਲਿਆਂ ਦਾ ਹੈ, ਇਹ ਸਤਸੰਗ ਪ੍ਰੇਮੀਆਂ ਦਾ ਹੈ, ਗੁਰੂ ਨਾਨਕ ਦੇ ਪ੍ਰੇਮੀਆਂ ਦਾ, ਆਖੋ ਸਤਨਾਮ। ਇੱਥੇ ਕਿਸੇ 'ਤੇ ਧੱਕਾ ਨਹੀਂ ਕੀਤਾ ਗਿਆ ਭਾਈ ਆਉਣਾ ਹੀ ਆਉਣਾ ਹੈ, ਨਹੀਂ ਤਾਂ ਆਹ ਹੋ ਜਾਏਗਾ ਨਾ। ਇੱਥੇ ਤਾਂ ਭਾਈ ਜਿਹਦੇ ਅੰਦਰ ਪ੍ਰੇਮ ਹੈ ਗੁਰੂ ਨਾਨਕ ਲਈ, ਦੌੜਦਾ ਆ ਜਾਂਦਾ, ਆਖੋ ਸਤਨਾਮ, ਦੌੜਦਾ ਆ ਜਾਂਦਾ, ਆਪਣੇ ਗੁਰੂ ਦੀ ਗੋਦੀ 'ਚ ਬਹਿ ਕੇ ਨਾਮ ਜਪਦਾ, ਅਤੇ ਜਦੋਂ ਜਾਂਦਾ ਹੈ ਨਾ, ਸੱਚ ਗੁਰੂ ਦੀ ਬਖਸ਼ਿਸ਼ ਲੈ ਕੇ ਜਾਂਦਾ, ਗੁਰੂ ਦੀ ਨਜ਼ਰ ਲੈ ਕੇ ਜਾਂਦਾ। ਪਤਾ ਨਹੀਂ ਕਿਤਨੇ ਕਾਲੇ ਲੇਖ ਰੋਜ਼ ਕਟਵਾਉਂਦੇ ਹੋ ਤੁਸੀਂ, ਰੋਜ਼ ਵੱਡੀਆਂ ਛੋਟੀਆਂ ਕਰਵਾਉਂਦੇ ਪਏ, ਰੋਜ਼ ਨਜ਼ਰ ਮਾਣ ਰਹੇ ਹੋ। ਸੱਚ ਭਰੀਏ ਮਤ ਬਾਬਾ ਕਹਿ ਸੰਗ, ਉਹ ਤੋਂ ਪੈ ਨਵੇਂ ਕਹਿ ਰੰਗ। ਪਤਾ ਨਹੀਂ ਕਿਤਨੇ ਤੁਹਾਡੇ ਕਰਮ ਕਾਲੇ ਮਾਂਜੇ ਜਾ ਰਹੇ ਨੇ, ਧੋਤੇ ਜਾ ਰਹੇ ਨੇ, ਵੱਡੀਆਂ ਛੋਟੀਆਂ ਹੋ ਰਹੀਆਂ ਨੇ, ਜਦੋਂ ਕੋਈ ਗੁਰੂ ਨਾਨਕ ਦੀ ਗੋਦੀ 'ਚ ਬਹਿ ਕੇ ਅੰਮ੍ਰਿਤ ਵੇਲੇ ਨਾਮ ਜਪਦਾ, ਆਖੋ ਸਤਨਾਮ। ਗੁਰੂ ਕਿਰਪਾ ਕਰਨ, ਅਰਦਾਸ ਕਰੀਏ ਕਿ ਨਿਭ ਜਾਏ ਪਿਆਰੇ ਨਾਲ, ਪਿਆਰੇ ਨਾਲ ਨਿਭ ਜਾਵੇ ਸਾਡੀ।